ঠিক আছে আজ আপা কাহিনী করাঙ্গে পুরা দাদু করে ঠিক আছে আর এই আজ আপা কাহিনী করাঙ্গে চুঠে আজরি ফের শের বারে ঠিক আছে ਤੇ ਆਜੜੀ ਕੌਣ ਹੈ ਆਜੜੀ ਹੁੰਦਾ ਹੈ ਜਿਹੜਾ ਬੱਕਰੀਆਂ ਨੂੰ ਚਰਾਉਂਦਾ ਹੈ ਜਾਂ ਫਿਰ ਭੇਡਾਂ ਨੂੰ ਚਰਾਉਂਦਾ ਹੈ ਠੀਕ ਹੈ ਇੱਕ ਇਹਦੇ ਵਿੱਚ ਹੈ ਸ਼ੇਰ ਕਹਾਣੀ ਕੀ ਹੈ ਕਿ ਜਿਹੜਾ ਆਜੜੀ ਮੁੰਡਾ ਹੁੰਦਾ ਹੈ ਉਹ ਆਪਣੀਆਂ ਬੱਕਰੀਆਂ ਨੂੰ ਚਰਾਉਣ ਲਈ ਖੇਤਾਂ ਵਿੱਚ ਲੈ ਕੇ ਜਾਂਦਾ ਹੈ ਖੇਤਾਂ ਵਿੱਚ ਕੀ ਹੁੰਦਾ ਘਾਹ ਪੱਠੇ ਜਿਹੜੀ ਬੱਕਰੀਆਂ ਉਹ ਕੀ ਖਾਂਦੀਆਂ ਨੇ ਘਾਹ ਤੇ ਜਿਹੜਾ ਮੁੰਡਾ ਹੈ ਉਹ ਰੋਜ਼ ਕੀ ਕਰਦਾ ਹੈ ਖੇਤਾਂ ਵਿੱਚ ਆਪਣੀ ਬੱਕਰੀਆਂ ਨੂੰ ਲੈ ਜਾਂਦਾ ਹੈ ਤੇ ਰੋਜ਼ ਝੂਠ ਬੋਲਦਾ ਹੈ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਹਾਲਾਂਕਿ ਸ਼ੇਰ ਆਇਆ ਨਹੀਂ ਹੁੰਦਾ ਝੂਠ ਬੋਲਦਾ ਹੈ ਜਿਹੜੇ ਆਸ ਪਾਸ ਲੋਕ ਰਹਿੰਦੇ ਨੇ ਉਹ ਆ ਕੇ ਇਕੱਠੇ ਹੋ ਜਾਂਦੇ ਨੇ ਕਿ ਹਾਂ ਸ਼ੇਰ ਆਇਆ ਆਪਾਂ ਮੁੰਡੇ ਨੂੰ ਬਚਾ ਲਈਏ ਫਿਰ ਅਗਲੇ ਦਿਨ ਐਵੇਂ ਕਰਦਾ ਆਪਣੀਆਂ ਬੱਕਰੀਆਂ ਨੂੰ ਲੈ ਆਉਂਦਾ ਸਿੱਧਾ ਬੈਠੇ ਸਿੱਧਾ ਕੇ ਬੱਕਰੀਆਂ ਨੂੰ ਲੈ ਆਉਂਦਾ ਅਤੇ ਫਿਰ ਕੀ ਕਰਦਾ ਉਹਦੀਆਂ ਬੱਕਰੀਆਂ ਘਾਹ ਚਰਨ ਲੱਗ ਪੈਂਦੀਆਂ ਅਤੇ ਮੁੰਡਾ ਫਿਰ ਝੂਠ ਬੋਲਦਾ ਕਿ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਹਾਲਾਂਕਿ ਸ਼ੇਰ ਨਹੀਂ ਆਇਆ ਹੁੰਦਾ ਤੇ ਤੀਸਰੇ ਦਿਨ ਕੀ ਕਰਦਾ ਹੈ ਫਿਰ ਉਸੇ ਤਰ੍ਹਾਂ ਜਾਂਦਾ ਉਹਦੀਆਂ ਬੱਕਰੀਆਂ ਘਾਹ ਚਰਦੀਆਂ ਨੇ ਤੇ ਉਹ ਝੂਠ ਬੋਲਣਾ ਸਟਾਰਟ ਕਰਦਾ ਹੈ ਕੌਣ ਆਇਆ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਤੀਸਰੇ ਦਿਨ ਕੀ ਹੁੰਦਾ ਹੈ ਤੀਸਰੇ ਦਿਨ ਕੀ ਹੁੰਦਾ ਹੈ ਸੱਚੀ ਕੌਣ ਆ ਜਾਂਦਾ ਸ਼ੇਰ ਆ ਜਾਂਦਾ ਤੇ ਫਿਰ ਸ਼ੇਰ ਕੀ ਕਰਦਾ ਹੈ ਉਹਨਾਂ ਨੂੰ ਖਾ ਜਾਂਦਾ ਹੈ ਕਿਹਨਾਂ ਨੂੰ ਖਾ ਜਾਂਦਾ ਹੈ ਬੱਕਰੀਆਂ ਨੂੰ ਤੇ ਆਜੜੀ ਨੂੰ ਤੇ ਇਹਦੇ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਕਿ ਤੁਸੀਂ ਬੋਲਣਾ ਹਾਂ ਸਾਨੂੰ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਉਸ ਦਿਨ ਲੋਕ ਵੀ ਨਹੀਂ ਆਏ ਸੀਗੇ ਕਿ ਲੋਕ ਸਮਝਦੇ ਸੀਗੇ ਕਿ ਇਹ ਮੁੰਡਾ ਝੂਠ ਬੋਲ ਰਿਹਾ ਕਿ ਸ਼ੇਰ ਆ ਸ਼ੇਰ ਆ ਸ਼ੇਰ ਹੈ ਠੀਕ ਹੈ ਇਹੀ ਸੀ ਇਸ ਸਟੋਰੀ ਦੀ ਸਿੱਖਿਆ ਇਸ ਕਹਾਣੀ ਦੀ ਸਿੱਖਿਆ